ਨਹੀਂ ਨਾ, ਪਿਛਲੀ ਵੀਡੀਓ ਤੁਸੀਂ ਦੱਸਿਆ ਸੀ ਕਿ ਜਨਾਬ ਉਰਸ ਮੁਬਾਰਕ ਦਰਬਾਰ ਚੰਬਾ ਸ਼ਰੀਫ ਪਰ ਹੈ ਅਤੇ ਇਨਸ਼ਾਅੱਲਾ ਅੱਜ ਉਹ ਦਿਹਾੜਾ ਆ ਹੀ ਗਿਆ ਅਤੇ ਇੱਥੇ ਅੱਜ ਉਰਸ ਮੁਬਾਰਕ ਹੈ ਅਤੇ ਪਿਛਲੀ ਵੀਡੀਓ ਤੁਸੀਂ ਦੱਸਿਆ ਸੀ ਕਿ ਇੱਥੇ ਉਰਸ ਮੁਬਾਰਕ ਦੀਆਂ ਤਿਆਰੀਆਂ ਸ਼ੁਰੂ ਸਨ ਅਤੇ ਇਨਸ਼ਾਅੱਲਾ ਹੁਣ ਇਹ ਤਿਆਰੀਆਂ ਜਿਹੜੀਆਂ ਹਨ ਮੁਕੰਮਲ ਹੋਈਆਂ ਅਤੇ ਅੱਗੇ ਵੀ ਤੁਸਾਂ ਕੀ ਦੱਸਾਂ ਵੀਡੀਓ ਵਿੱਚ ਕਿ ਉਰਸ ਮੁਬਾਰਕ ਨਾਲ ਦੁਆ ਸ਼ੁਆ ਹਰ ਚੀਜ਼ ਨਾਲ ਤੁਸੀਂ ਮੁਤਲਕ ਸਾਰੀਆਂ ਚੀਜ਼ਾਂ ਦੱਸਾਂ ਅਤੇ ਹੁਣ ਚੁੱਲ੍ਹੇ ਦਰਬਾਰ ਨੇ ਅੰਦਰ ਅਤੇ ਤੁਸਾਂ ਕੀ ਦੱਸਣੇ ਆ ਜੀ ਨਾਜ਼ਰੀਨ, ਇਹ ਦਰਬਾਰ ਜਿਸ ਦਰਬਾਰ ਕਾ ਉਰਸ ਮੁਬਾਰਕ ਹੈ ਜਨਾਬ, ਦਰਬਾਰ ਆਲੀਆ ਹਜ਼ਰਤ ਬਾਬਾ ਚੰਬੇ ਵਾਲੀ ਸਰਕਾਰ ਚੱਕਰ ਆਮ, ਜਿਸ ਮੈਂ ਅੱਜ ਉਰਸ ਮੁਬਾਰਕ ਹੈ ਜੋ ਕਿ ਮੈਂ ਆਪਕੋ ਦਿਖਾ ਰਹਾ ਹੂੰ। ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਇਹਨਾਂ ਨੇ ਇਸਕੋ ਸਜਾਇਆ। ਯਹਾਂ ਕੇ ਲੋਗੋਂ ਸੇ ਵੀ ਬਾਤ ਕਰੇਂਗੇ ਕਿ ਕਿਤਨਾ ਟਾਈਮ ਸੇ ਯੇ ਉਰਸ ਮੁਬਾਰਕ ਹੋ ਰਹਾ ਹੈ ਯਹਾਂ ਪਰ, ਔਰ ਸਾਥ ਹੀ ਹਮ ਆਪਕੋ ਅੰਦਰ ਕਬਰ ਸ਼ਰੀਫ ਕੀ ਵੀ ਜ਼ਿਆਰਤ ਕਰਵਾਏਂਗੇ ਹਮਾਰੇ ਸਾਥ ਰਹੇ ਜੀ। ਇਹ ਦਰਬਾਰ ਸ਼ਰੀਫ ਯਹਾਂ ਪਰ ਲੋਕ ਦੁਆ ਮੰਗਤੇ ਹੈ, ਦਰਬਾਰ ਆਲੀਆ ਹਜ਼ਰਤ ਬਾਬਾ ਚੰਬੇ ਵਾਲੀ ਸਰਕਾਰ ਚੱਕਰ ਆਮ, ਜਿਸ ਮੈਂ ਅੱਜ 26 ਮਾਰਚ ਬਿਰੋਜ਼ ਹਫ਼ਤਾ ਦੁਆ ਇਨਸ਼ਾਅੱਲਾ 11 ਵਜੇ ਹੋਗੀ, ਤਮਾਮ ਹਵਾਮਾ ਇਲਾਕਾ ਕੋ ਦਿਲ ਕੇ ਥਾ ਕੇ ਰਹੇ ਉਸੇ ਖੁਸ਼ ਆਮਦੀਦ ਕਹਤੇ ਹੈ। ਸਾਥ ਹੀ ਇਸਕੇ ਜੋ ਮਤ ਹੈ ਜੀ ਜਨਾਬ, ਅੱਜ ਇਸਲਾਮਗੜ੍ਹ ਜਿਹੜਾ ਉਰਸ ਮੁਬਾਰਕ ਤੁਸੀਂ ਪਿਛਲੀ ਵੀਡੀਓ ਦੱਸਿਆ ਸੀ ਅਤੇ ਇਸ ਨੇ ਡਾਲੀ ਜਿਹੜੀ ਕਿ ਤਕਰੀਬਨ ਦਰਬਾਰ ਨਾਲ ਪੁੱਜੀ ਆਈ ਹੈ ਜਨਾਬ, ਇਹ ਜਿਹੜਾ ਕਲਚਰ ਜਿਹੜਾ ਕਾਇਮ ਕਾਇਮ ਹੈ
Thank you.